ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੀਰ ਜੀ, ਇੱਥੇ ਕੈਂਸਰ ਦੀ ਦਵਾਈ ਮਿਲਦੀ ਜੀ, ਫ੍ਰੀ ਮਿਲਦੀ ਹੈ, ਹਰ ਸੰਡੇ ਦੀ ਸੰਡੇ ਮਿਲਦੀ, ਹਰ ਐਤਵਾਰ। ਵੀਰ ਜੀ, ਇੱਥੇ ਕਾਫੀ ਪੇਸ਼ੈਂਟ ਨਾਲ ਅਸੀਂ ਗੱਲ ਕੀਤੀ, ਉਹ ਕਹਿੰਦੇ ਵੀ ਅਸੀਂ ਦੋ ਤਿੰਨ ਵਾਰੀ ਆਏ ਹਾਂ ਜੀ, ਤੀਜੀ ਵਾਰ ਸਾਨੂੰ ਕਾਫੀ ਫਰਕ ਹੈ ਇਹ ਗਲੇ 'ਤੇ ਲਾਉਣ ਦੀ, ਜਿਵੇਂ ਜਿੱਥੇ ਵੀ ਕੈਂਸਰ ਹੈ ਉੱਥੇ ਲਾਉਣ ਦੇ ਵੀ ਆ ਦਵਾਈ, ਅਤੇ ਇਹ ਖਾਣ ਨੂੰ ਵੀ ਦਿੰਦੇ ਆ। ਇਹ ਜੀ ਸਾਰੀ ਮੈਡੀਸਿਨ ਫ੍ਰੀ ਹੈ ਜੀ। ਇਹਦਾ ਐਡਰੈਸ ਵੀਰ ਜੀ ਹੈਗਾ, ਮੈਂ ਤੁਹਾਨੂੰ ਦੱਸਦਾ ਜੀ, ਪਹਿਲਾਂ ਚੰਡੀਗੜ੍ਹ, ਚੰਡੀਗੜ੍ਹ ਤੋਂ ਵੀਰ ਜੀ ਆਉਣਾ ਆਪਾਂ ਸੋਲਨ, ਸੋਲਨ ਤੋਂ ਆਉਂਦਾ ਜੀ ਗਾਂ 20 ਕੁ ਕਿਲੋਮੀਟਰ ਕੰਡਾ ਘਾਟ, ਕੰਡਾ ਘਾਟ ਤੋਂ ਵੀਰ ਜੀ ਇਹ ਮੁੜਦੀ ਆ ਰਾਈਟ ਸਾਈਡ ਨੂੰ, ਰੋਡ ਮੁੜਦੀ ਚਹਿਲ ਨੂੰ, ਅਤੇ ਚਹਿਲ ਦੇ ਰਸਤੇ 'ਚ ਪਹਿਲਾਂ ਆਊਗਾ ਜੀ ਸਾਧੂ ਪੁੱਲ, ਸਾਧੂ ਪੁੱਲ ਤੋਂ ਆਊਗਾ ਜੀ ਫਿਰ ਬਾਬਾ ਮੋੜ। ਇਹ ਜੀ ਚਹਿਲ ਤੋਂ ਪੈ ਜਾਂਦਾ 7 ਕੁ ਕਿਲੋਮੀਟਰ ਉਰੇ ਆ ਜੀ। ਇਹ ਜੀ ਇਹ ਮੇਰੇ ਵੀਰ ਭਰਾ, ਇਹ ਵੱਧ ਤੋਂ ਵੱਧ ਸੈਂਡ ਕਰੋ ਜੇ ਕਿਸੇ ਦਾ ਭਲਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।